बहुत दुख है, गल नहीं होंदी ओदी, बहुत बड़ा दुख है। माता जेड़ी भड़कती फिरती है, ओदा की मंगदी, मूहरे नहीं एक बच्चा तो ही चला गया, साथों गल नहीं होंदी, बहुत माड़ा काम होया। ਤੁਹਾਡਾ ਕਦੀ ਸਿੱਧੂ ਮੂਸੇ ਨਾਲ ਮੇਲ ਹੋਇਆ ਸੀ? ਅਸੀਂ ਵੋਟਾਂ ਵੇਲੇ ਹੋਇਆ ਸੀ, ਵੋਟਾਂ ਵੇਲੇ ਅਸੀਂ ਉਹਦੇ ਨਾਲ ਹੀ ਜਾਂਦੇ ਸੀ, ਅਸੀਂ ਨਹੀਂ ਵੋਟਾਂ ਪਾਈਆਂ ਸੀ ਵੀਰੇ, ਅਸੀਂ ਤਾਂ ਸ਼ੁਰੂ ਤੋਂ ਹੀ, ਸਾਡੀ ਤਾਂ ਸ਼ੁਰੂ ਤੋਂ ਹੀ ਵੋਟ ਪੰਚੇ ਨੂੰ ਜਾਂਦੀ ਹੈ। ਹਾਂਜੀ, ਹੁਣ ਵੀ ਪੰਚੇ ਨੂੰ ਹੀ ਪਾਵਾਂਗੇ। ਜਦ ਮਿਲਦਾ ਸੀ ਆਏ ਸੀ ਵੋਟਾਂ ਵੇਲੇ, ਆ ਕੇ ਮਿਲ ਕੇ ਚੌਂਕ 'ਚ ਗਏ ਹੈਗੇ। ਹਾਂਜੀ, ਆਖਰੀ ਮੁਲਾਕਾਤ ਵੋਟਾਂ ਸਮੇਂ? ਹਾਂਜੀ, ਵੋਟਾਂ ਸਮੇਂ ਹੀ ਹੋਈ, ਵੋਟਾਂ ਦਾ ਨਾਲ ਸੀ। ਬਹੁਤ ਮਾਂ ਪਿਓ ਨੂੰ ਦੁੱਖ ਹੈ ਜੀ, ਦੁਬਾਰੇ ਤਰੀਕ ਆ ਗਈ, ਸਾਲ ਆ ਗਏ, ਬੱਚੇ ਨੇ ਨਹੀਂ ਮੁੜ ਕੇ ਆਉਣਾ, ਮਾਂ ਪੁੱਤ ਨੂੰ ਬਹੁਤ ਦੁੱਖ ਹੈ, ਮੇਰਾ ਪੁੱਤ ਗਿਆ ਹੋਇਆ, ਮੈਨੂੰ ਬਹੁਤ ਦੁੱਖ ਹੈ ਇਹਦਾ ਵੀ। ਇਹ ਬੇਨਤੀ ਆ ਰੱਬ ਕਰੇ ਕਿਸੇ ਦਾ ਪੁੱਤ ਨਾ ਖੋਇਆ ਜਾਵੇ, ਮਾਂ ਪਿਓ ਦੀ ਜ਼ਿੰਦਗੀ ਕੁਛ ਨਹੀਂ ਹੈਗੀ, ਕੁਛ ਨਹੀਂ ਹੈਗੀ। ਸਾਨੂੰ ਮਾਂ ਸਾਡੇ ਬੱਚਿਆਂ ਦਾ ਸੁਧਾਰ ਹੋਣ ਦਾ ਉਮੀਦ ਸੀ, ਉਹ ਕਾਕਾ ਕਰਕੇ ਉਹ ਬਹੁਤ ਸੁਧਾਰ ਕਰਦਾ, ਨਿੱਕੇ ਨਿੱਕੇ ਬੱਚੇ ਵੀ ਪੱਗਾਂ ਬੰਨਣ ਲਾ ਤੇ, ਸਾਨੂੰ ਬੜਾ ਦੁੱਖ ਹੈ ਉਹਦਾ। ਤਸਵੀਰਾਂ ਜੋ ਤੁਹਾਡੇ ਨਾਲ ਸਾਂਝੀਆਂ ਕਰ ਰਹੀ ਹਾਂ, ਪਿੰਡ ਦੀਆਂ ਜੋ ਔਰਤਾਂ ਬੀਬੀਆਂ ਸੀ, ਅੱਖਾਂ ਜ਼ਰੂਰ ਭਰੀਆਂ ਉਹਨਾਂ ਦੀਆਂ ਨਜ਼ਰ ਆਈਆਂ। ਸੋ ਤੁਸੀਂ ਵੇਖ ਸਕਦੇ ਹੋ ਵੱਡਾ ਇਕੱਠ ਹੈ, ਅੱਖਾਂ ਨਮ ਨੇ ਸਭ ਦੀਆਂ। ਜੇਕਰ ਗੱਲਬਾਤ ਕਰੀਏ ਤਾਂ ਮਾਤਾ ਜੀ, ਤੁਸੀਂ ਅੱਜ ਕੈਂਡਲ ਮਾਰਚ ਪਹੁੰਚੇ ਹੋ, ਕੀ ਕਹਿਣਾ ਚਾਹੋਗੇ? ਪਹੁੰਚੇ ਇਨਸਾਫ ਖਾਤਰ ਵੀ, ਇਨਸਾਫ ਮਿਲੇ ਉਹਨਾਂ ਨੂੰ ਜਲਦੀ ਜਲਦੀ, ਇੱਕ ਸਾਲ ਹੋ ਗਿਆ ਅੱਜ ਪੂਰਾ, ਵੀ ਉਹ ਪੇਰੈਂਟਸ ਵਿਚਾਰੇ ਉਹਨਾਂ ਨੂੰ ਚਲ ਥੋੜ੍ਹਾ ਜਿਹਾ ਆਏ ਹਾਂ ਵੀ ਸਕੂਨ ਹੋ ਜੂਗਾ ਜੇ ਇਨਸਾਫ ਮਿਲਦਾ ਤਾਂ। ਵੀ ਇਹ ਕਹਿਣੇ ਚਾਹੁੰਦੇ ਸਰਕਾਰ ਦੇ, ਵੀ ਇਹ ਸਰਕਾਰ ਦੇ ਹੱਥ 'ਚ ਹੀ ਹੈ, ਵੀ ਸਰਕਾਰਾਂ ਚਾਹੁਣ ਤਾਂ ਜਿਹਨੂੰ ਕਿੱਦਾਂ ਦਾ ਇਨਸਾਫ ਮਿਲ ਜਾਂਦਾ, ਅਤੇ ਜਦੋਂ ਐਡੇ ਵੱਡੇ ਸੁਪਰ ਸਟਾਰ ਨੂੰ ਇਨਸਾਫ ਨਹੀਂ ਮਿਲ ਰਿਹਾ, ਤਾਂ ਜਿਹੜਾ ਆਮ ਨਾਗਰਿਕ ਹੈ ਉਹ ਸਰਕਾਰ ਤੋਂ ਕੀ ਉਮੀਦ ਰੱਖ ਸਕਦਾ? ਇਹੀ ਕਹਿਣਾ ਚਾਹੁੰਦੇ ਹਾਂ ਜੀ, ਵੀ ਇਨਸਾਫ ਮਿਲਣਾ ਚਾਹੀਦਾ। ਦੇਖੋ ਮਾੜਾ ਹੋਇਆ, ਅੱਖਾਂ ਨਮ ਨੇ, ਅੱਖਾਂ 'ਚ ਅੱਥਰੂ ਬਿਆਨ ਕਰਦੇ ਨੇ, ਕਿੰਨਾ ਪਿਆਰ ਹੋਊਗਾ ਤੁਹਾਡਾ ਸਿੱਧੂ ਪ੍ਰਤੀ, ਕਹਿਣਾ ਕੀ ਚਾਹੁੰਦੇ? ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ, ਮਾਤਾ ਪਿਤਾ ਨੂੰ, ਉਹਨਾਂ ਦੇ ਨੂੰ, ਅਤੇ ਇਹ ਨਿਕੰਮੀ ਸਰਕਾਰ ਦੀ ਵਜ੍ਹਾ ਨਾਲ ਸਾਡਾ ਜਿਹੜਾ ਮਾਨਸਾ ਦਾ ਹੀਰਾ ਸੀ ਉਹ ਅਸੀਂ ਖੋ ਬੈਠੇ ਹੈਗੇ, ਸਾਨੂੰ ਤਾਂ ਇਨਸਾਫ ਚਾਹੀਦਾ, ਅਸੀਂ ਇਹੀ ਕਹਿਣਾ ਚਾਹੁੰਦੇ। ਸੋ ਇਸ ਪਾਸੇ ਮਾਤਾ ਜੀ ਨਾਲ ਗੱਲ ਕਰ ਲੈਂਦੇ ਹਾਂ। ਮਾਤਾ ਜੀ, ਵੈਸੇ ਅੱਖਾਂ ਬਿਆਨ ਕਰਦੀਆਂ ਨੇ ਤੁਹਾਡਾ ਸਿੱਧੂ ਪਰਿਵਾਰ ਨਾਲ ਜਾਂ ਸਿੱਧੂ ਮੂਸੇ ਨਾਲ ਕਿੰਨਾ ਪ੍ਰੇਮ ਹੋਏਗਾ, ਕਹਿਣਾ ਤਾਂ ਵੋਟਾਂ 'ਚ ਉੱਠਿਆ ਸੀ, ਉਦੋਂ ਸਾਨੂੰ ਮਿਲਿਆ ਸੀਗਾ, ਅਤੇ ਅਸੀਂ ਸਰੋਪਾ ਪਾਇਆ ਉਹਦੇ ਗਲ 'ਚ, ਮੈਨੂੰ ਕਹਿੰਦਾ ਬੇਬੇ ਮੇਰੇ ਸਿਰ 'ਤੇ ਹੱਥ ਧਰ ਦੇ, ਮੇਰੀ ਐਡੀ ਕੁ ਬੇਟੀ ਸੀ ਬੱਚੀ, ਉਹ ਚੱਕੀ, ਪਰਮਾਤਮਾ ਨੇ ਉਹਨੂੰ ਹਾਰੀ ਲਿਆਤੀ ਕਰਮਾਂ ਨੇ, ਲੋਕ ਬੈਰੀ ਹੋ ਗਏ, ਜੇ ਕਿਤੇ ਉਹ ਅੱਜ ਜਿਉਂਦਾ ਹੁੰਦਾ ਪਤਾ ਨਹੀਂ ਆਪਾਂ ਕਿੱਥੇ ਜਾਂਦੇ, ਪੰਜਾਬ ਨੂੰ ਘੱਟ ਹੈ ਇਸ ਗੱਲ ਦਾ। ਤੁਹਾਨੂੰ ਮਿਲਦਾ ਸੀ ਕਿਹੋ ਜਿਹਾ ਸੁਭਾਅ ਸੀ, ਕੀ ਕਹਿ ਕੇ ਬੁਲਾਉਂਦਾ ਸੀ ਤੁਹਾਨੂੰ? ਬੇਬੇ ਬੇਬੇ ਕਰਦਾ ਸੀ, ਐਡੀ ਕੁ ਕੁੜੀ ਹੈ ਆਪਣੇ 3 ਸਾਲਾਂ ਦੀ, ਉਹ ਜਮੀ ਉਹਦੇ ਵਰਗੀ ਹੈ, ਉਦੋਂ ਜਿਉਂਦਾ ਸੀ ਮੈਂ ਕਹਿੰਦੀ ਤੂੰ ਤਾਂ ਮੇਰਾ ਮੂਸੇ ਵਾਲਾ ਪੁੱਤ ਬਣੇਗਾ, ਪੁੱਤ ਕੁਛ ਨਹੀਂ ਹੈਗਾ, ਹੁਣ ਤਾਂ ਅੱਖਾਂ ਹੀ ਪੂੰਝਣ ਹੈਗਾ।